ਲੋ ਜਨਾਬ ਇਹ ਜਨਾਬ ਦੂਸਰਾ ਮੁਰਗਾ ਹੈ ਮਾਸ਼ਾਅੱਲਾ ਜੀ। ਅੱਗੇ ਪਹਿਲਾਂ ਤੁਹਾਨੂੰ ਦਿਖਾਇਆ ਅਤੇ ਹੁਣ ਇਹ ਦੂਸਰਾ ਮੁਰਗਾ ਹੈ ਜੀ। ਇਹ ਮਾਸ਼ਾਅੱਲਾ ਪਹਿਲੇ ਦਾ ਸ਼ੌਕ ਚੈੱਕ ਕਰੋ ਜੀ। ਉਸ ਤੋਂ ਬਾਅਦ ਜਨਾਬ ਮੁੜ ਤੁਹਾਨੂੰ ਇਹਦੀ ਖੁਰਾਕ ਅਤੇ ਤਿਆਰੀ ਦੱਸੀ ਨੇ ਅਤੇ ਉਸ ਤੋਂ ਬਾਅਦ ਮੁੜ ਤੁਹਾਨੂੰ ਇਹਦੀ ਖੁਰਾਕ ਵੀ ਦੱਸੀ ਨੇ ਵੀ ਕਿਸ ਤਰ੍ਹਾਂ ਖੁਰਾਕ ਦੇਣੀ ਚਾਹੀਦੀ ਤਿਆਰੀ ਵਾਲੇ ਮੁਰਗੇ ਦੀ। ਆਹ ਮਾਸ਼ਾਅੱਲਾ ਮੁਰਗਾ ਹੈ ਜੀ, ਦੋ ਦਫ਼ਾ ਦਾ ਵਿਨਰ ਹੈ ਅਤੇ ਇਹਦੀ ਹੁਣ ਮਾਸ਼ਾਅੱਲਾ ਤਿਆਰੀ ਵਾਸਤੇ ਅਸੀਂ ਇਹਨੂੰ ਲਾ ਦਿੱਤਾ। ਆਹ ਜਨਾਬ ਮੁਰਗੇ ਦਾ ਸ਼ੌਕ ਚੈੱਕ ਕਰੋ, ਮਾਸ਼ਾਅੱਲਾ ਨਲੀ ਚੈੱਕ ਕਰੋ ਜੀ, ਜਨਾਬ ਦੋਂਬ ਚੈੱਕ ਕਰੋ, ਮਾਸ਼ਾਅੱਲਾ ਬੜੀ ਪਿਆਰੀ ਹੈ, ਕਿਤਨੀ ਮਜ਼ੇਦਾਰ ਸੋਹਣੀ। ਇਹ ਵੀ ਹਜਣ ਥੋੜ੍ਹੀ ਜਿਹੀ ਹੋਰ ਵੀ ਕੱਢੇ ਸੀ। ਚਿਹਰਾ ਚੈੱਕ ਕਰੋ ਮਾਸ਼ਾਅੱਲਾ ਮੁਰਗੇ ਦਾ ਜੀ। ਇਸ ਤੋਂ ਬਾਅਦ ਜਨਾਬ ਆਹ ਜਨਾਬ ਢੇਲੀ ਦੀਆਂ ਤਕਰੀਬਨ, ਅੱਛਾ ਜੀ ਮੈਂ ਲੈ ਲੈਂਦਾ, ਮੈਂ ਚਾਹ ਲੈਂਦਾ ਜੀ। ਇਹ ਜਨਾਬ ਤਕਰੀਬਨ 10-12 ਬਦਾਮ ਢੇਲੀ ਤੁਸੀਂ ਇਸ ਤਰ੍ਹਾਂ, ਮਸ਼ੀਨ ਆਉਂਦੀ ਉਹਦੇ ਨਾਲ ਵੀ ਤੁਸੀਂ ਇਹਦਾ ਕਚਰਾ ਕਰ ਸਕਦੇ ਹੋ ਅਤੇ ਮਸ਼ੀਨ ਫਿਲਹਾਲ ਕਾਹੀ ਨਹੀਂ ਤਾਂ ਮੈਂ ਚਲੋ ਮੂੰਹ ਨਾਲ ਕਰਕੇ। ਉਹ ਸਬਰ ਕਰ ਲਾ, ਕੀ ਹੋ ਗਈ ਖੈਰ ਏ। ਸਾਰੀ ਗੱਲ ਸ਼ੌਕ ਦੀ ਹੈ ਨਾ, ਇੰਨੇ ਖਾ ਗਈ ਹੈ। ਇਸ ਤਰ੍ਹਾਂ ਜਨਾਬ ਤੁਸੀਂ ਤਕਰੀਬਨ ਡੇਲੀ ਹਰ ਰੋਜ਼ ਬਿਲਾ ਨਾਗਾ ਖਵਾ ਕੇ ਅਤੇ ਉੱਤੋਂ ਜਨਾਬ ਤੁਸੀਂ ਤਕਰੀਬਨ ਬਈ ਬੂੰ ਜ਼ਿਆਦਾ ਰਜਾ ਕੇ ਨਹੀਂ, ਤਕਰੀਬਨ ਇਸ ਮਿਕਦਾਰ ਵਿੱਚ ਨਾ ਮੁਰਗੇ ਨੂੰ ਦਾਣਾ ਦੇਵਣਾ ਬਾਜਰੇ ਦਾ। ਅਤੇ ਇਹ ਜਨਾਬ ਤਿਆਰੀ ਹੈ ਮਾਸ਼ਾਅੱਲਾ ਸਾਡੀ ਮੁਰਗੇ ਦੀ, ਹੋਰ ਵੀ ਕਾਫੀ ਸਾਰੀ ਤਿਆਰੀਆਂ ਨੇ ਇਨਸ਼ਾਅੱਲਾ, ਉਹਨਾਂ ਦੇ ਬਾਰੇ ਵੀ ਹੁਣ ਡਿਟੇਲ ਨਾਲ ਹਰ ਰੋਜ਼ ਵੀਡੀਓ ਬਣਾਈ ਸਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ, ਅੱਲਾ ਹਾਫਿਜ਼।